ਜੇ ਹੁਣ ਮੰਨ ਕੇ ਚੱਲੋ ਆਪਾਂ ਪ੍ਰਦੇਸ਼ਾਂ 'ਚ ਜਾਵਾਂਗੇ ਜੀ, ਹਾਂਜੀ ਠੀਕ ਹੈ ਨਾ, ਇੱਥੋਂ ਬਾਹਰ ਬੱਚਾ ਭੇਜਾਂਗੇ, ਹਾਂਜੀ ਸਾਰੀ ਦਿਲ ਮਨ ਧੜਕਦਾ ਹੀ ਰਹੂਗਾ। ਸਹੀ ਗੱਲ ਹੈ, ਇਹ ਆਪਣੇ ਘਰ ਦਾ ਕਿੱਤਾ ਗਾ, ਹਾਂਜੀ ਠੀਕ ਹੈ ਜੀ, ਕਦੋਂ ਮਰਜ਼ੀ ਵਧੀਆ ਜਦੋਂ ਮਰਜ਼ੀ ਇਹਨੂੰ ਆਪਾਂ ਕਰ ਸਕਦੇ ਹਾਂ। ਜੇ ਹੁਣ ਵੀ ਤੁਹਾਨੂੰ ਮੰਨ ਕੇ ਚੱਲ ਕੋਈ ਗਾਹਕ ਆਉਂਦਾ, ਆਪਾਂ ਹੁਣ 20 ਰੁਪਏ ਵੱਟ ਸਕਦੇ, ਇੱਥੇ ਵੱਲ ਲੈ ਕੇ ਆ ਜਾਂਦੇ ਹਾਂ ਜੀ, ਠੀਕ ਹੈ ਜੀ, ਠੀਕ ਹੈ 10 ਵਜੇ ਤੋਂ ਬਾਅਦ ਬੱਕਰੀਆਂ ਛੱਡਦੇ ਹਾਂ, 10 ਵਜੇ ਤੋਂ ਬਾਅਦ ਬੱਕਰੀਆਂ ਛੱਡਦੇ ਹਾਂ, 6 ਵਜੇ ਘਰੇ ਵਗ ਜਾਂਦੇ ਹਾਂ, ਉਦੋਂ ਬਾਅਦ ਉਹਨਾਂ ਡੰਗਰਾਂ ਨੂੰ ਦੇਖਦੇ, ਫੇਰ ਡੰਗਰਾਂ ਦੇ, ਹਾਂ ਦੋਨੇ ਕੰਮ ਸਾਹਮਣੇ, ਦੋਨੇ ਸਾਹਮਣੇ ਇੱਥੇ ਰੋਕਦੇ ਨਹੀਂ ਆਪਾਂ ਨੂੰ ਚਾਰਨ ਤੋਰੇ ਕੋਈ, ਨਾ ਨਾ ਜੀ ਕੋਈ ਦਿੱਕਤ ਨਹੀਂ ਹੈਗੀ, ਕੋਈ ਦਿੱਕਤ ਨਹੀਂ ਹੋਣੀ, ਨਾ ਕੋਈ ਦਿੱਕਤ ਨਹੀਂ, ਆਪਾਂ ਨੁਕਸਾਨ ਹੀ ਨਹੀਂ ਕਰਦੇ, ਨੁਕਸਾਨ ਨਹੀਂ ਕਰਦੇ ਨਾ ਕਿਸੇ ਦਾ। ਇੱਥੇ ਤੁਰੇ ਜਾਂਦੇ ਰੋਡ ਤੇ 700 ਰੁਪਏ ਗਲਾਸੀ ਵੀ ਦੁੱਧ ਦੀ ਲੈਂਦੇ ਨੇ, ਸਾਡੇ ਘਰ ਦਾ ਖਰਚਾ ਵੀ ਚੱਲਦਾ। ਅੱਛਾ ਜੀ, ਹਾਂ ਜੀ 100 ਰੁਪਏ ਗਲਾਸੀ ਦੁੱਧ, 100 ਰੁਪਏ ਗਲਾਸੀ ਦੁੱਧ ਦੀ ਲੈਂਦੇ। ਇਹਦਾ ਸ਼ੌਂਕ ਐ ਪੈ ਗਿਆ ਜੀ, ਹਾਂਜੀ ਕਿਸੇ ਮੁੰਡੇ ਤੋਂ ਪਠੋਰਾ ਮੰਗਿਆ ਸੀ, ਅੱਛਾ ਜੀ ਉਹ ਬੰਦੇ ਨੇ ਦਿੱਤਾ ਨਹੀਂ, ਦਿੱਤਾ ਨਹੀਂ, ਦਿੱਤਾ ਨਹੀਂ, ਹਾਂਜੀ ਆਪਾਂ ਇੱਕ ਪੱਠ ਖਰੀਦ ਲਈ। ਅੱਛਾ ਕਿੱਥੋਂ? ਠੀਕ ਐ ਬਈ, ਖਾਂਦੇ ਕੀ ਕੀ ਨੇ ਬਈ ਜੀ ਬੱਕਰੀਆਂ? ਬਈ ਇਹ ਤੁਸੀਂ ਲਾ ਲਓ ਸਾਹਿਬ ਵੀ ਇੱਕ ਸਾਪੀ ਛੱਡਦੀਆਂ ਨੇ, ਬਾਕੀ ਸਾਰਾ ਕੁਝ ਹੀ ਖਾਂਦੀਆਂ ਨੇ, ਕੋਈ ਜੜੀ ਬੂਟੀ ਨਹੀਂ ਛੱਡਦੀਆਂ, ਕਿਸੇ ਦਰਖਤ ਦੀ ਲੁੰਗ ਨਹੀਂ ਛੱਡਦੀਆਂ। ਠੀਕ ਹੈ ਜੀ, ਠੀਕ ਹੈ ਜੀ, ਅਸੀਂ ਆ ਡੈਰੀ ਤੁਰੀ ਤੇ ਤਾਂ ਪਾਉਂਦੇ, ਡੈਰੀ ਤੇ ਨਹੀਂ ਪਾਉਂਦੇ, ਘਰਾਂ ਚੋਂ ਲੈ ਜਾਂਦੇ ਨੇ, ਕਿੰਨੇ ਕਿਲੋ ਲੈ ਜਾਂਦਾ? 400 ਰੁਪਏ ਜੀ, 400 ਰੁਪਏ ਕਿਲੋ, ਠੀਕ ਹੈ ਜੀ, 400 ਦਾ ਰੇਟ ਆ ਜੀ, ਕੋਈ ਅੱਧਾ ਕਿਲੋ ਲਵੇ ਕੋਈ, ਚਾਹੇ ਕਿਲੋ ਲਵੇ, ਤੇ ਕਿਲੋ ਲਵੇ 100 ਦਾ ਪਾਇਆ। ਉਹ ਆਇਆ ਜੀ ਜਦੋਂ ਐਮਰਜੈਂਸੀ ਆ, ਕਿਸੇ ਆੜਤੀ ਕੋਲੇ ਨਹੀਂ ਜਾਣਾ, ਠੀਕ ਹੈ ਜੀ, ਠੀਕ ਆ, ਸਾਨੂੰ ਸਿਉਣਾ ਧਰਨ ਦੀ ਲੋੜ ਨਹੀਂ, ਉਹਨੂੰ ਵਿਆਜ ਪਊਗਾ, ਇਹਨੂੰ ਕੋਈ ਵਿਆਜ ਨਹੀਂ ਪੈਂਦਾ। ਠੀਕ ਹੈ ਬਾਈ, ਠੀਕ ਹੈ ਜੀ। ਹਾਂਜੀ ਬਾਈ ਜੀ, ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮੀਂਦਾ ਸਾਰੇ ਠੀਕ ਠਾਕ ਹੋਵੋਗੇ। ਦੋਸਤੋ ਅਸੀਂ ਤੁਹਾਡਾ ਸਵਾਗਤ ਕਰਦੇ ਹਾਂਗੇ ਅੱਜ ਦੇ ਦੂਜੇ ਪਾਰਟ ਦੇ ਵਿੱਚ, ਠੀਕ ਹੈ ਜੀ। ਕਾਫੀ ਲੰਮਾ ਥੋੜਾ ਜਿਹਾ ਗੈਪ ਜਿਹੜਾ ਪੈ ਗਿਆ ਤੇ ਹੁਣ ਆਪਾਂ ਗੈਪ ਨਹੀਂ ਪੈਣ ਦੇਵਾਂਗੇ, ਠੀਕ ਹੈ ਜੀ। ਦੂਜੇ ਪਾਰਟ ਦੇ ਵਿੱਚ ਆਏਗੇ ਤੇ ਆਪਾਂ ਨੂੰ ਇੱਕ ਵੀਰ ਮਿਲੇਗਾ ਉਹਰੇ ਬੜਬਰ ਵਾਲੇ ਟੂਲ ਪਲਾਜ਼ੇ ਦੇ ਉੱਤੇ, ਠੀਕ ਹੈ ਜੀ। ਆਪਾਂ ਖੜੇਗਾ ਐਟਮ ਸੰਗਰੂਰ ਤੋਂ ਬੜਬਰ ਰੋਡ ਦੇ ਉੱਤੇ ਤੇ ਆਪਾਂ ਉਸ ਵੀਰ ਦੇ ਨਾਲ ਗੱਲਬਾਤ ਕਰਦੇ ਹਾਂ ਵੀ ਉਹ ਦਿਨੇ ਕਿੱਦਾਂ ਜਾਣ ਕੇ ਬੱਕਰੀ ਚਾਰਦੇ ਨੇ, ਕਿੰਨੇ ਤੋਂ ਕਿੰਨੇ ਉਹਰੇ ਬੱਕਰੀਆਂ ਚਾਰਦੇ ਨੇ। ਆਪਣੀਆਂ ਬੱਕਰੀਆਂ ਨੇ ਜੀ, ਕੌਣ ਗੱਲਬਾਤ ਕਰਨਗੇ ਜੀ? ਬਾਈ ਕਰਨਗੇ, ਨਾ ਨਾ ਉਹ ਬਾਈ, ਆ ਜਾ ਬਾਈ, ਆ ਜਾ ਬਾਈ, ਬਾਈ ਜੀ ਨਾਲ ਗੱਲਬਾਤ ਕਰਦੇ ਆ ਜੋ। ਹੋ ਬਾਈ ਖੜਾ, ਤੂੰ ਕਰ ਲਾ ਕੋਈ, ਯਾਰ ਡਰਦੇ ਕਾ ਤੋਂ ਨੋ। ਬਾਈ ਜੀ ਕੀ ਹਾਲ ਚਾਲ ਨੇ ਜੀ? ਠੀਕ ਠਾਕ ਜੀ, ਠੀਕ ਹੈ। ਨਾਮ ਕੀ ਆ ਬਾਈ ਆਪਣਾ? ਲਕਸ਼ਮਣ ਆ ਜੀ। ਲਕਸ਼ਮਣ, ਠੀਕ ਹੈ ਬਾਈ ਜੀ। ਕਿੰਨਾ ਟਾਈਮ ਹੋ ਗਿਆ ਬਾਈ ਜੀ ਬੱਕਰੀਆਂ ਚਾਰਦੇ ਨੂੰ? 4 ਸਾਲ ਹੋ ਗਏ। 4 ਸਾਲ ਜੀ, ਠੀਕ ਹੈ ਜੀ। ਇਸ ਤੋਂ ਪਹਿਲਾਂ ਫਿਰ? ਪਹਿਲਾਂ ਖੇਤੀ ਕਰਦੇ ਸੀ। ਖੇਤੀ ਕਰਦੇ ਸੀ, ਖੇਤੀ ਤੋਂ ਬਾਅਦ ਬੱਕਰੀਆਂ ਚਾ ਗਏ? ਬੱਕਰੀਆਂ ਚਾ, ਬੱਕਰੀਆਂ ਸ਼ੌਂਕ ਹੋ ਗਿਆ ਜੀ। ਸ਼ੌਂਕ ਹੋ ਗਿਆ ਜੀ, ਬਿਲਾ ਖੇਤੀ ਵੀ ਕਰਦੇ ਹੁਣ? ਹਾਂ ਨਾਲ ਖੇਤੀ ਵੀ ਕਰਦੇ, ਨਾਲ ਖੇਤੀ ਵੀ ਕਰਦੇ, ਖੇਤੀ ਕਰਦੇ ਆ, ਪੱਠੇ ਵੱਲ ਲੈ ਕੇ ਆ ਜਾਂਦੇ ਆ ਜੀ। ਠੀਕ ਹੈ ਜੀ, ਠੀਕ ਆ। 10 ਵਜੇ ਤੋਂ ਬਾਅਦ ਬੱਕਰੀਆਂ ਛੱਡਦੇ ਆ? 10 ਵਜੇ ਤੋਂ ਬਾਅਦ ਬੱਕਰੀਆਂ ਛੱਡਦੇ ਆ। 6 ਵਜੇ ਘਰੇ ਵਗ ਜਾਂਦੇ ਆ, ਉਦੋਂ ਬਾਅਦ ਉਹਨਾਂ ਡੰਗਰਾਂ ਨੂੰ ਦੇਖਦੇ, ਫੇਰ ਡੰਗਰਾਂ ਦੇ, ਦੋਨੇ ਕੰਮ ਸਾਹਮਣੇ, ਦੋਨੇ ਸਾਹਮਣੇ ਆ ਜੀ। ਠੀਕ ਹੈ ਬਾਈ ਜੀ, ਇਹਦਾ ਸ਼ੌਂਕ ਕਿਵੇਂ ਪੈ ਗਿਆ ਬੱਕਰੀਆਂ ਦਾ? ਇਹਦਾ ਸ਼ੌਂਕ ਐ ਪੈ ਗਿਆ ਜੀ, ਹਾਂਜੀ, ਕਿਸੇ ਮੁੰਡੇ ਤੋਂ ਪਠੋਰਾ ਮੰਗਿਆ ਸੀ। ਅੱਛਾ ਜੀ, ਉਹ ਬੰਦੇ ਨੇ ਦਿੱਤਾ ਨਹੀਂ, ਦਿੱਤਾ ਨਹੀਂ, ਦਿੱਤਾ ਨਹੀਂ, ਹਾਂਜੀ, ਆਪਾਂ ਇੱਕ ਪੱਠ ਖਰੀਦ ਲਈ। ਅੱਛਾ, ਕਿੱਥੋਂ, ਕੀ ਤੋਂ ਲਈ ਸੀ? ਉਹ ਲੈ ਲਈ ਤੁਰਦੇ ਫਿਰਦੇ ਬੰਦੇ ਤੋਂ, ਠੀਕ ਆ। ਉਹ ਪੱਠ ਨੇ ਬੱਚੇ 3 ਦੇਤੇ ਜੀ। ਅੱਛਾ ਜੀ, ਉਹ ਪੱਠ ਦੇ ਬੱਚੇ 3 ਦੇਤੇ, ਉਦੋਂ ਬਾਅਦ ਉਹ ਮਰ ਗਈ। ਅੱਛਾ ਜੀ, ਫਿਰ ਮੈਂ 2 ਬੱਚੇ ਚੁੰਗਣੀ ਨਾਲ ਪਾਲੇ, ਇੱਕ ਆਪਦੇ ਦੋਸਤ ਨੂੰ ਦਿੱਤਾ, ਇੱਕ ਦੋਸਤ ਨੂੰ ਦਿੱਤਾ, ਠੀਕ ਆ। ਉਦੋਂ ਬਾਅਦ ਇਹ ਵਾਧਾ ਹੋ ਗਿਆ ਜੀ ਮੇਰੇ ਕੋਲੇ। ਅੱਛਾ ਜੀ, ਮੇਰੇ ਮਨ ਦੇ ਵਿੱਚ ਸ਼ੌਂਕ ਪੈਦਾ ਹੋ ਗਿਆ, ਠੀਕ ਆ, ਠੀਕ ਆ ਜੀ। ਤੇ 1,25,000 ਦੀਆਂ ਮੈਂ ਬੱਕਰੀਆਂ 3 ਵੇਚੀਆਂ ਨੇ ਜੀ, ਰੋਡ ਤੇ ਟੂਲ ਪਲਾਂਜੇ ਤੇ। ਅੱਛਾ ਜੀ, ਬੰਦਾ ਸਾਂਵਲ ਖੜਾ, ਠੀਕ ਆ ਜੀ, ਪੁੱਛ ਸਕਦੇ ਹੋ ਇਹਨੂੰ, ਵੇਚੀਆਂ ਨੇ, ਠੀਕ ਆ ਜੀ, ਠੀਕ ਆ ਜੀ। ਸ਼ੌਂਕ ਵੀ ਆ ਤੇ ਮਨ ਦੀ ਤਮੰਨਾ ਵੀ ਪੂਰੀ ਕਰਦੀਆਂ ਨੇ। ਅੱਛਾ ਜੀ, ਉਹ ਕਿੱਦਾਂ ਹੈ ਜੀ? ਉਹ ਆਇਆ ਜੀ ਜਦੋਂ ਐਮਰਜੈਂਸੀ ਆ, ਕਿਸੇ ਆੜਤੀ ਕੋਲੇ ਨਹੀਂ ਜਾਣਾ, ਠੀਕ ਹੈ ਜੀ, ਠੀਕ ਆ, ਸਾਨੂੰ ਸਿਉਣਾ ਧਰਨ ਦੀ ਲੋੜ ਨਹੀਂ, ਉਹਨੂੰ ਵਿਆਜ ਪਊਗਾ, ਇਹਨੂੰ ਕੋਈ ਵਿਆਜ ਨਹੀਂ ਪੈਂਦਾ, ਠੀਕ ਹੈ ਬਾਈ, ਠੀਕ ਆ ਜੀ। ਵੱਧ ਤੋਂ ਵੱਧ ਸਾਡੀ 800-900 ਰੁਪਇਆ ਘੱਟ ਬੱਕਰੀ ਵਿਕ ਜੂਗੀ, ਹਾਂ, ਕਿਸੇ ਦੀ ਮਿਹਨਤ ਨਹੀਂ ਕਰਨੀ, ਇਹ ਤਾਂ ਗੱਲ ਹੈਗੀ, ਠੀਕ ਆ ਜੀ। ਬੈਂਕ ਆ ਜਾਣੀ ਕਿ ਕਿਤਰਾਂ ਦੀ ਏਟੀਐਮ ਆ ਗਈ, ਕਦੋਂ ਮਰਜ਼ੀ ਪੈਸੇ ਕਢਾ ਲਈਏ ਆਪਾਂ। ਇੱਥੇ ਤੁਰੇ ਜਾਂਦੇ ਰੋਡ ਤੇ 700 ਰੁਪਏ ਗਲਾਸੀ ਵੀ ਦੁੱਧ ਦੀ ਲੈਂਦੇ ਨੇ, ਸਾਡੇ ਘਰ ਦਾ ਖਰਚਾ ਵੀ ਚੱਲਦਾ। ਅੱਛਾ ਜੀ, ਹਾਂ ਜੀ, 100 ਰੁਪਏ ਗਲਾਸੀ ਦੁੱਧ, 100 ਰੁਪਏ ਗਲਾਸੀ ਦੁੱਧ ਦੀ ਲੈਂਦੇ ਨੇ ਜੀ, ਠੀਕ ਹੈ। ਕਿੰਨੇ ਰੁਪਏ ਕਿਲੋ ਹੋ ਗਿਆ ਇਹ? 400 ਰੁਪਏ ਕਿਲੋ ਹੋ ਗਿਆ ਜੀ, 400 ਰੁਪਏ ਕਿਲੋ ਹੋ ਗਿਆ, ਹਾਂ, ਠੀਕ ਹੈ ਜੀ। ਲਾ ਲਓ ਸਾਹਿਬ, ਸਾਡਾ ਖਰਚਾ ਵੀ ਚੱਲਦਾ, 400 ਰੁਪਏ ਕਿਲੋ ਦੁੱਧ ਵਿਕ ਜਾਂਦਾ ਨਾ ਬਾਈ, ਠੀਕ ਹੈ ਬਾਈ। ਖਾਂਦੇ ਆ ਕੀ ਕੀ ਨੇ ਬਾਈ ਜੀ ਬੱਕਰੀਆਂ? ਬਾਈ ਇਹ ਤੁਸੀਂ ਲਾ ਲਓ ਸਾਹਿਬ ਵੀ ਇੱਕ ਸਾਪੀ ਛੱਡਦੀਆਂ ਨੇ, ਬਾਕੀ ਸਾਰਾ ਕੁਝ ਹੀ ਖਾਂਦੀਆਂ ਨੇ, ਕੋਈ ਜੜੀ ਬੂਟੀ ਨਹੀਂ ਛੱਡਦੀਆਂ, ਕਿਸੇ ਦਰਖਤ ਦੀ ਲੁੰਗ ਨਹੀਂ ਛੱਡਦੀਆਂ, ਠੀਕ ਹੈ ਜੀ, ਠੀਕ ਆ ਜੀ। ਜਿਵੇਂ ਆ ਰੋਟੀਆਂ ਪਈਆਂ ਨੇ, ਅੱਛਾ ਜੀ, ਰੋਟੀਆਂ ਪਾ ਦਿਓ, ਦਾਣਾ ਦੁਣਕਾ ਪਾ ਦਿਓ, ਜੋ ਕੁਛ ਪਾ ਦੋਗੇ ਠੀਕ ਆ ਇਹਨਾਂ ਵਾਸਤੇ। ਇਹ ਰੋਟੀ ਇੱਥੇ ਖਵਾਓਗੇ ਹੁਣ ਇਹਨਾਂ ਨੂੰ? ਨਹੀਂ, ਇਹ ਤਾਂ ਵੀਰ ਦੇ ਕੇ ਗਿਆ, ਕੋਈ ਗਊਸ਼ਾਲਾ ਜਾਂਦਾ ਸੀ, ਗਊਸ਼ਾਲਾ ਜਾਂਦਾ ਸੀ, ਉਹ ਜਾਂਦਾ ਜਾਂਦਾ ਸਾਨੂੰ ਦੇ ਗਿਆ, ਠੀਕ ਹੈ ਜੀ, ਕਹਿੰਦਾ ਇਹਨਾਂ ਨੂੰ ਪਾ ਲਿਓ, ਠੀਕ ਹੈ ਜੀ। ਘਰੇ ਜਾ
ਆਪਣੇ ਕੋਲੇ ਇੱਥੇ ਬੱਕਰੀਆਂ ਹੋਣਗੀਆਂ ਜੀ 30 ਦੇ ਕਰਾਊਗਾ ਇੰਨੇ ਬਾਈ ਹੁੰਨੇ ਹੋ ਤੁਸੀਂ ਸਾਰੇ ਨਾ ਜੀ 3 ਜਣੇ 3 ਬੰਦੇ ਹੀ ਹੁੰਨੇ ਆ ਅਸੀਂ ਕਦੇ 2 ਹੀ ਹੁੰਨੇ ਆ ਜੀ ਠੀਕ ਹੈ ਜੀ ਕਦੇ 3 ਹੁੰਨੇ ਬੱਕਰੀਆਂ ਕਿੰਨੀਆਂ ਦੀਆਂ ਮੰਨੇ ਕੱਲੇ ਕੱਲੇ ਕਿਸੇ ਦੀਆਂ 4 ਨੇ ਜੀ ਹਾਂਜੀ ਕਿਸੇ ਦੀਆਂ 2 ਨੇ ਹਾਂਜੀ ਮੇਰੇ ਕੋਲੇ ਹੈਗੀਆਂ ਤਕਰੀਬਨ 15-16 ਬੱਕਰੀਆਂ ਠੀਕ ਹੈ ਜੀ ਇਕੱਠੀ ਰਹਿਣੇ ਤੁਸੀਂ ਇਕੱਠੀ ਰਹਿਣੇ ਆ ਜੀ ਅਸੀਂ ਠੀਕ ਹੈ ਜੀ ਸਾਨੂੰ ਹੋ ਗਏ 4 ਸਾਲ ਇਕੱਠੇ ਹੀ ਆ ਇਕੱਠੀ ਰਹਿਣੇ ਆ ਇਕੱਠੀ ਰਹਿਣੇ ਠੀਕ ਹੈ ਬਾਈ ਵਧੀਆ ਗੱਲ ਆ ਨਾ ਇਕੱਲੇ ਨੂੰ ਔਖਾ ਹੁੰਦਾ ਇਕੱਲੇ ਨੂੰ ਔਖਾ ਨਹੀਂ ਲੱਗਦਾ ਜੀ ਨਹੀਂ ਲੱਗਦਾ ਠੀਕ ਹੈ ਜੀ ਚਾਹ ਪਾਣੀ ਇਕੱਠਾ ਬਣਾ ਲੈਂਦੇ ਆ ਬਾਕੀ ਅਸੀਂ ਭਾਈਆਂ ਵਾਂਗੂ ਹੀ ਰਹਿੰਦੇ ਆ ਜੀ ਕੋਈ ਇਹੀ ਜੀ ਗੱਲ ਨਹੀਂ ਹੈਗੀ ਠੀਕ ਹੈ ਠੀਕ ਆ ਵੀ ਜੇ ਛੱਡ ਕੇ ਵੀ ਜਾਣੀਆਂ ਨੇ ਇੱਕ ਦੂਜੇ ਦੇ ਘਰੇ ਵੀ ਬੰਦ ਆ ਕੰਮ ਵੀ ਹੋ ਜੇ ਅੱਕ ਦੇ ਤਾਂ ਨਹੀਂ ਹੈਗੇ ਵੀ ਆਪਾਂ ਸਾਥ ਤੁਰੇ ਫਿਰੀ ਸਾਨੂੰ ਕੋਈ ਸਕੇਮਾ ਨਹੀਂ ਹੈਗਾ ਜੀ ਇਹਦੇ ਵਿੱਚ ਇੱਕ ਬਸ ਨਸ਼ਾ ਹੀ ਆ ਨਸ਼ਾ ਹੀ ਆ ਇਹਨਾਂ ਦਾ ਠੀਕ ਹੈ ਜੀ ਮਨੋਰੰਜਨ ਕਿਵੇਂ ਕਰਦੇ ਹੋਗੇ ਸਾਰਾ ਦਿਨ ਬਸ ਇਹ ਜੀ ਗੱਲਾਂ ਬਾਤਾਂ ਕਰੀ ਜਾਂਦੇ ਗੱਲਾਂ ਬਾਤਾਂ ਕਰੀ ਜਾਂਦੇ ਆ ਤੂੰ ਉਹ ਮੋੜ ਲਿਆ ਮੈਂ ਇੱਧਰ ਨੂੰ ਵਗ ਜਾਂਦਾ ਹਨਾ ਹਾਕ ਮਾਰਦਿਆਂ ਕੋਲੇ ਆ ਜਾਂਦੀਆਂ ਨੇ ਠੀਕ ਹੈ ਜੀ ਬਸ ਸਾਡਾ ਦਿਲ ਲੱਗਿਆ ਰਹਿੰਦਾ ਜੀ ਇਹਨਾਂ ਨਾਲ ਠੀਕ ਹੈ ਭਾਈ ਇਹ ਤਾਂ ਗੱਲ ਹੈਗੀ ਹੈ ਨਾ ਜੀ ਲੱਗੇ ਰਹਿੰਦਾ ਨਾ ਬੱਕਰੀਆਂ ਦੇ ਵਿੱਚ ਜੀ ਲੱਗੇ ਰਹਿੰਦਾ ਕੰਮ ਲੱਗੇ ਰਹਿੰਦੇ ਆ ਜੀ ਕੰਮ ਲੱਗੇ ਆ ਠੀਕ ਹੈ ਜੇ ਆਪਾਂ ਕਿਸੇ ਖੇਤੀ ਕਰਕੇ ਕਿਸੇ ਸਾਥ 'ਚ ਬੈਠਾਂਗੇ ਮਹਿੰਗੀ ਸਸਤੀ ਗੱਲ ਵੀ ਹੋਊਗੀ ਠੀਕ ਹੈ ਨਾ ਜੀ ਮੈਨੂੰ ਸੁੰਡੀ ਪਈ ਆ ਕਿਹੜੀ ਨੂੰ ਨਹੀਂ ਪਈ ਠੀਕ ਹੈ ਜਾਵਾਂਗੇ ਫੇਰ ਹੀ ਪਤਾ ਲੱਗੇ ਸਹੀ ਗੱਲ ਹੈ ਸਹੀ ਗੱਲ ਹੈ ਜੀ ਹੁਣ ਸਾਨੂੰ ਪਤਾ ਫੇਰ ਰਾਂਦੇ ਸੰ ਪੈਦਾ ਹੋਊਗੀ ਕਿਹੜਾ ਮੇਵਣਾ ਢਿੱਲਾ ਹੈ ਤੇ ਕਿਹੜੀ ਬੱਕਰੀ ਢਿੱਲੀ ਹੈ ਤੇ ਕਿਹੜਾ ਲੰਗੜਾ ਹੈ ਸਾਨੂੰ ਫੇਰ ਹੀ ਪਤਾ ਲੱਗੂ ਜੇ ਅਸੀਂ ਬੱਕਰੀ ਦੇ ਗੇੜਾ ਦੇਵਾਂਗੇ ਸਹੀ ਗੱਲ ਹੈ ਇਹ ਤਾਂ ਗੱਲ ਹੈ ਜੀ ਜੇ ਅਸੀਂ ਘਰੇ ਬੈਠੇ ਰਹਾਂਗੇ ਬੱਕਰੀਆਂ ਦੇ ਪਰੇ ਸਾਨੂੰ ਪਤਾ ਕੀ ਲੱਗੂਗਾ ਆ ਹੁਣ ਅੱਗੇ ਨਾ ਮੀਂਹ ਆਏ ਸੀਗੇ ਹਾਂ ਜੀ ਮੀਂਹ 'ਚ ਕਿੰਨੀਆਂ ਕੁ ਦਿੱਕਤਾਂ ਆਉਂਦੀਆਂ ਨੇ ਆਪਾਂ ਨੂੰ ਮੀਂਹ 'ਚ ਦਿੱਕਤ ਵਧੀਆ ਚੱਲ ਬਹੁਤ ਜ਼ਿਆਦਾ ਆਈ ਹੈ ਜੀ ਕਿੱਦਾਂ ਜੀ ਕੀ ਆਉਂਦੀ ਹੈ ਦਿੱਕਤ ਆਪਾਂ ਨੂੰ ਦਿੱਕਤ ਇਹ ਆ ਜੀ ਇਹਨਾਂ ਦਾ ਇੱਕ ਤਾਂ ਹਾਂਜੀ ਹਾਂਜੀ ਖੁਰ ਭੇਜਦੇ ਆ ਜਦੋਂ ਇਹ ਭੇਜਦੀ ਆ ਇਹ ਢਿੱਲੀ ਹੁੰਦੀ ਆ ਢਿੱਲੀ ਹੁੰਦੀ ਆ ਹਾਂ ਜੀ ਖੁਰ ਭੇਜ ਕੇ ਹਾਂ ਹਾਂਜੀ ਹੋਰ ਬਾਕੀ ਫਿਰ ਇਹ ਚਰਾਈ ਨਹੀਂ ਇਹਨਾਂ ਨੂੰ ਮਿਲਦੀ ਚਰਨ ਨੂੰ ਜਮਾ ਹੀ ਨਹੀਂ ਚਰਦੀ ਨਹੀਂ ਗਿੱਲੇ 'ਚ ਇਹ ਇਹਨਾਂ ਦੇ ਮੂੰਹ ਖੁਰਾ ਵੀ ਸਮਝ ਲੈ ਵੀ ਸਵੇਰੇ ਤੇਲ ਦੇ ਉੱਤਰ ਦੀ ਉਹਨਾਂ ਦੇ ਖਾਂਦੀਆਂ ਨਹੀਂ ਜੀ ਇਹ ਬਿਲਕੁਲ ਨਹੀਂ ਖਾਂਦੀਆਂ ਤੇਲ ਉੱਤਰੂ 11 12 ਵਜੇ ਤੱਕ ਫੇਰ ਖਾਣਗੀਆਂ ਫੇਰ ਖਾਣਗੀਆਂ ਫੇਰ ਸਾਨੂੰ ਅੱਖਾਂ ਹੀ ਮੁੱਕਦੀ ਆ ਜੀ ਠੀਕ ਹੈ ਜੇ ਧੁੱਪ ਨਿਕਲੂਗੀ ਹਵਾ ਚੱਲੂਗੀ ਐਨ ਮਾੜਾ ਮੋਟਾ ਠੀਕ ਹੈ ਜੀ ਸੁੱਕਾ ਹੋਊਗਾ ਠੀਕ ਹੈ ਫੇਰੇ ਚੜਨਗੀਆਂ ਠੀਕ ਹੈ ਜੀ ਇਹ ਗੱਲ ਆ ਜੀ ਬਾਹਰ ਚਾਰ ਦੇਂਗੇ ਆਪਾਂ ਨਾ ਹਾਂ ਜੀ ਬਾਹਰ ਚਾਰ ਦੇਂਗੇ ਦਿੱਕਤ ਕਿਹੜੀ ਕਿਹੜੀ ਆਉਂਦੀ ਆ ਬਾਹਰ ਚਾਰ ਦੇ ਹੋਏ ਦਿੱਕਤ ਤਾਂ ਇਹੀ ਆਹੀ ਆ ਵੀ ਕਾਸੇ ਪਾਸੇ ਵੜਦੀਆਂ ਨੇ ਰੋਕ ਕੇ ਰੱਖਣੀਆਂ ਪੈਂਦੀਆਂ ਨੇ ਹੋਰ ਕੋਈ ਦਿੱਕਤ ਨਹੀਂ ਗਾਲ ਗੂਲ ਤਾਂ ਨਹੀਂ ਕੱਢਦਾ ਕੋਈ ਜਿਵੇਂ ਕਿਸੇ ਨਾ ਨਾ ਜੀ ਨਾ ਨਾ ਜੀ ਸਾਰੇ ਭਾਈਆਂ ਵਾਂਗੂ ਹੀ ਨਹੀਂ ਪਤਾ ਹੀ ਨਹੀਂ ਵੀ ਖੇਤਾਂ ਵਾਲਿਆਂ ਨੂੰ ਵੀ ਇੱਥੇ ਹੀ ਰਹਿੰਦੇ ਨੇ ਹਾਂ ਜੇ ਕਿਸੇ ਦੇ ਕੋਲੇ ਦੁੱਧ ਮੁੱਕ ਗਿਆ ਜੀ ਫਟ ਗਿਆ ਦੁੱਧ ਸਾਡੇ ਤੋਂ ਹੀ ਲੈਣਾ ਉਹਨਾਂ ਨੇ ਵੀ ਠੀਕ ਹੈ ਜੀ ਭਾਈ ਬੰਦੀ ਹੋਈ ਆ ਸਾਡੀ ਸਹੀ ਹੈ ਠੀਕ ਹੈ ਨਾ ਗਾਉ ਨੂੰ ਆ ਜਾਣੀ ਕੀ ਗਾਉ ਨੂੰ ਆ ਮਤਲਬ ਹੁੰਦਾ ਆਪਾਂ ਨੂੰ ਇੱਕ ਦੂਜੇ ਤੱਕ ਹੈ ਨਾ ਇਹ ਤਾਂ ਗੱਲ ਹੈਗੀ ਹੈ ਬੱਕਰੀਆਂ ਦਿਖਾਓਗੇ ਆਪਣੀਆਂ ਹਾਂ ਜੀ ਦੇਖ ਲਓ ਆ ਜਾਓ ਬਾਈ ਜੀ ਬੱਕਰੀਆਂ ਦਿਖਾਉਣੇ ਆਗੇ ਕਿੰਨੀਆਂ ਬੱਕਰੀਆਂ ਕਿਹਾ ਹੈਗਾ ਬੱਕਰੀਆਂ ਹੈਗੀਆਂ ਜੀ 15 ਮੇਰੇ ਕੋਲੇ ਨੇ ਠੀਕ ਹੈ ਜੀ ਆ ਦਿਖਾਓ ਸ਼ੇਰੀ ਬੱਕਰੀ ਦਿਖਾਓ ਆ ਸ਼ੇਰੀ ਬੱਕਰੀ ਆ ਜੀ ਸ਼ੇਰੀ ਬੱਕਰੀ ਦਿਖਾਉਣੇ ਆ ਬਈ ਸਾਨੂੰ ਦੇਖ ਇਹ ਭਾਈ ਦੀ ਆ ਉਹਦੀ ਵੱਡੇ ਦੀ ਮੇਰੇ ਨਾਲ ਰਹਿੰਦਾ ਦੁੱਧ ਕਿੰਨਾ ਗੁੰਦਾ ਆਪਣੀ ਬੱਕਰੀਆਂ ਥੱਲੇ ਜੀ ਅੱਛਾ ਪਿਆਰ ਨਾਲ ਪਿਆਰ ਨਾਲ ਇਹ ਸੂਣ ਵਾਲੀ ਲੱਗਦੀ ਆ ਸੂਣ ਵਾਲੀ ਆ ਜੀ ਬਸ ਦਿਹਾੜੀ ਡੰਗ ਜੀ ਤਾਂ ਕਰਕੇ ਨਾ ਥੋੜੀ ਜਿਹੀ ਦਿੱਕਤ ਬਣਦੀ ਹੈ ਨਾ ਉਹ ਬਾਈ ਜੀ ਦੇਖ ਸਕਦਾ ਸੂਣ ਵਾਲੀ ਬੱਕਰੀ ਹੈਗੀ ਵੱਡੀ ਬੱਕਰੀ ਹੈਗੀ ਹੋਊਗੀ ਲਗਭਗ 37-37 ਹਾਂ ਜੀ 37 ਇੰਚ ਦੀ ਬੱਕਰੀ ਹੋਊਗੀ ਸ਼ੇਰੀ ਬੱਕਰੀ ਹੈਗੀ ਹਾਂ ਜੀ ਦੱਸੋ ਬਾਈ ਜੀ ਇਹਦੇ ਬਾਰੇ ਕਿੰਨੇ ਦੰਦ ਹੋਗੀ ਬਸ ਐਂ ਦਿਖਾ ਦਿਓ ਇਹ ਦੰਦ 8 ਹੋਗੀ ਹੋਊਗੀ ਜੀ 8 ਦੰਦ ਹੋਗੇ ਹਾਂ ਚੌਥੇ ਸੂਏ ਆ ਜੀ 8 ਦੰਦ ਬੱਕਰੀ ਆ ਬਈ ਚੌਥੇ ਸੂਏ ਹੈਗੀ ਦੁੱਧ ਕਿੰਨਾ ਗਿਆ ਥੱਲੇ ਇਹਦੇ ਥੱਲੇ ਤਾਜੀ ਸੂਈ ਥੱਲੇ ਕਿੰਨਾ ਕੋ ਤਾਜੀ ਥੱਲੇ ਜੀ ਇਹਦੇ ਥੱਲੇ 4 ਲੀਟਰ ਦੁੱਧ 4 ਲੀਟਰ ਦੁੱਧ ਹਾਂ ਜੀ ਪੱਕਾ ਜੀ ਪੱਕਾ ਜੀ ਜੇ ਬੱਚੇ ਨੂੰ ਨਾ ਚਗਾਓਗੇ ਜੇ ਕਿੰਨਾ ਚਗਾਓ ਬੱਚੇ ਨੂੰ ਨਾ ਚਗਾਓ ਨਹੀਂ ਚਲੋ ਉਹ ਤਾਂ ਹੁਣ ਕਰਨੇ ਪਊਗਾ 4 ਲੀਟਰ ਦੁੱਧ ਹੈਗਾ ਜੀ ਹੈਗਾ ਜੀ ਵੇਚਣੀ ਆਏ ਨਾ ਨਾ ਜੀ ਵੇਚਣੀ ਵੇਚਣੀ ਨਹੀਂ ਵੇਚਣੀ ਜੀ ਵੇਚਣ ਵਾਸਤੇ ਹੈ ਨਹੀਂ ਕੋਈ ਕੋਈ ਨਹੀਂ ਹੈਗਾ ਉਹ ਬਾਈ ਜੀ ਦੇਖ ਸਕਦੇ ਵਧੀਆ ਬੱਕਰੀ ਹੈਗੀ ਪਰ ਵੇਚਣ ਵਾਸਤੇ ਨਹੀਂ ਹੈਗੀ ਬਾਈ ਕਹਿੰਦਾ ਨਾ ਹੋਰ ਦਿਖਾਓ ਇਹ ਬੱਕਰਾ ਹੈਗਾ ਜੀ ਦਿਖਾਓ ਬੱਕਰਾ ਪਾਲੀ ਸਾਈਡ ਦੀ ਆ ਜਾਓ ਬਾਈ ਜੀ ਬੱਬੂ ਬਾਈ ਨੂੰ ਕਹਾਂਗਾ ਵੀ ਪਾਲੀ ਸਾਈਡ ਆ ਜਾ ਬੱਕਰਾ ਦਿਖਾਉਣੇ ਆ ਬਾਈ ਤੁਹਾਨੂੰ ਨਾ ਥੋੜੀ ਜੀ ਬਾਹਰ ਦਿੱਕਤ ਹੁੰਦੀ ਹੈਗੀ ਜਦੋਂ ਬਾਹਰ ਫਿਰਦੇ ਹੁੰਦੇ ਹੈਗੇ ਆਪਾਂ ਬੱਕਰਾ ਦੇਖੋ ਬਾਈ ਦਾ ਬਾਈ ਬੂਰ ਕੰਨਾ ਬੱਕਰਾ ਹੈਗਾ ਠੀਕ ਹੈ ਜੀ ਦੱਸੋ ਬਾਈ ਜੀ ਇਹ ਬੱਕਰਾ ਹੀ 4 ਦੰਦ ਹੋ ਗਿਆ 4 ਦੰਦ ਹਾਂ ਜੀ ਲੋ ਇੰਨਾ ਕੀ ਆ ਬਸ ਹਾਂ ਜੀ ਆ 4 ਦੰਦ 4 ਦੰਦ ਬੱਕਰਾ ਵੀ ਦੇ ਹਲੇ ਪੂਰੇ ਨਹੀਂ ਜੀ ਕਰੇ ਪੂਰੇ ਨਹੀਂ ਕਰੇ ਹੈਗੇ ਨਾ ਹਾਂ ਜੀ ਹਾਈਟ ਦੇਖੋ ਬਾਈ ਜੀ ਲਗਭਗ ਹੋਊਗੀ 42 ਇੰਚ ਹਾਈਟ ਇਹਦੀ ਹਨਾ ਨਵਾਂ ਬੱਕਰਾ ਯਾਰ ਫਿਰ ਤਾਂ ਨਾ ਹਾਂ ਜੀ ਨਾ ਬਾਈ 4 ਦੰਦ ਹੈ ਜੀ ਨਹੀਂ 4 ਹੀ ਆ ਜੀ 4 ਆ 4 ਆ 4 ਆ ਬਾਈ ਜੀ ਪੂਰੇ ਛਿੱਗੇ ਦੇ ਹਜੇ ਪੱਟੇ ਨਹੀਂ ਹੈਗੇ ਹਾਂ ਜੀ ਲੈ ਬਾਈ ਦੇਖ ਸਕਦੇ ਹੋ ਬਾਈ ਜੀ ਬੱਕਰਾ ਨਾ ਹਾਂ ਜੀ ਇਹਨੂੰ ਆਪਾਂ ਜੀ ਆਪਦੀ ਇੱਛਾ ਨਾਲ ਕੁਛ ਪਾ ਜੇ ਬੱਕਰੀ ਕਰਾ ਕੇ ਠੀਕ ਆ ਲੈ ਜਾਂਦਾ ਅੱਜ ਵੀ ਆ ਬੱਕਰੀ ਕਿਸੇ ਮੁੰਡੇ ਦੀ ਆ ਹੁੰਦੀ ਫਿਰਦੀ ਆ ਕੋਈ ਪੈਸਾ ਨਹੀਂ ਲੈਂਦੇ ਫ੍ਰੀਜ ਕਰ ਦਿੰਦੇ ਬੱਕਰੀ ਲੋ ਬਾਈ ਜੀ ਦੇਖ ਤਾਂ ਫ੍ਰੀਜ ਕ੍ਰਾਸਿੰਗ ਕਰਾ ਦਿੰਦੇ ਨੇ ਬਾਈ ਬੱਕਰਾ
ਤੇ ਬਾਈ ਆਪਾਂ ਨੂੰ ਅੱਜ ਇੱਥੇ ਮਿਲ ਗਿਆ ਸੀ ਬੜਬੜ ਵਾਲੇ ਟੂਲ ਪਲਾਜ਼ੇ ਦਾ, ਅਸੀਂ ਜਾ ਰਹੇ ਸੀ ਕਿਸੇ ਪਾਸੇ, ਆਇਆ ਬੂ ਇੱਧਰ ਨੂੰ ਆਇਆ। ਇਹ ਵੀ ਸ਼ੇਰੀ ਬੱਕਰੀ ਹੈਗੀ। ਹਾਂ ਜੀ, ਇਹਨੇ ਦੋ ਬੱਚੇ ਦਿੱਤੇ ਨੇ ਜੀ। ਇੱਧਰ ਹੀ ਰਹੇ। ਹਾਂ ਲੈ ਬਾਈ, ਦੋ ਬੱਚੇ ਦਿੱਤੇ ਨੇ ਜੀ। ਦੁੱਧ ਕਿੰਨਾ ਕਿਆ ਥੱਲੇ? ਇਹਦੇ ਥੱਲੇ 3 ਕਿਲੋ ਦੁੱਧ ਆ ਜੀ। 3 ਕਿਲੋ? ਲਓ ਬਾਈ ਜੀ, ਸ਼ਿੱਗੀ ਬੱਕਰੀ ਹੈਗੀ, ਦੇਖ ਸਕਦੇ ਹੋ ਤੁਸੀਂ, ਨਵੀਂ ਬੱਕਰੀ ਹੈਗੀ। ਕਿਵੇਂ ਸੂਏ ਹੈਗੀ ਇਹ? ਇਹ ਜੀ ਪਹਿਲੇ ਸੂਏ ਸੂਈ ਵਾਲੇ। ਪਹਿਲੇ ਸੂਏ ਸੂਈ? ਹਾਂ ਜੀ, ਪਹਿਲੇ ਸੂਏ ਸੂਈ ਹੈ ਬਾਈ। ਹੋਊਗੀ ਲਗਭਗ 37 ਇੰਚ ਕੱਦ ਦਾ। ਹਾਂ ਜੀ, 37 ਤੋਂ 38 ਇੰਚ ਕੱਦ ਦਾ। ਠੀਕ ਹੈ ਜੀ, ਦੇਖ ਸਕਦੇ ਹੋ ਤੁਸੀਂ, ਸੋਹਣੀ ਬੱਕਰੀ ਆ ਬਾਈ, ਹੈ ਨਾ। ਆਹਾ ਜੀ, 7 ਮਹੀਨਿਆਂ ਦੀ ਪੱਠ ਆ ਜੀ। ਕਿੰਨੇ ਮਹੀਨਿਆਂ ਦੀ? 7 ਮਹੀਨਿਆਂ ਦੀ ਖੀਰੀ ਪੱਠ ਆ ਬਾਈ, ਦੇਖ ਸਕਦੇ ਹੋ ਨਾ। ਪੱਠ ਆ ਜੀ, ਦੇਖ ਸਕਦੇ ਹੋ ਬਾਈ, ਵਧੀਆ ਪੱਠ ਹੈਗੀ। ਲਓ ਜੀ, ਮੈਂ ਦਿਖਾਉਣਾ ਤੁਹਾਨੂੰ, ਦੇਖ ਸਕਦੇ ਹੋ। ਦੱਸੋ ਬਾਈ ਜੀ ਪੱਠ ਬਾਰੇ, 7 ਮਹੀਨਿਆਂ ਦੀ ਆ? ਹਾਂ ਜੀ, 7 ਮਹੀਨਿਆਂ ਦੀ ਖੀਰੀ ਪੱਠ ਆ ਜੀ। ਖੀਰੀ ਪੱਠ 7 ਮਹੀਨਾ ਲੱਗਿਆ ਹੋਇਆ ਜੀ ਹਲੇ। ਲਓ ਜੀ, ਦੇਖ ਸਕਦੇ ਹੋ ਕਿਹੜਾ ਰੰਗ ਆ ਇਹ। ਬਰਬਰੀ ਦਿਖਾਓ ਆਜੋ ਸਾਨੂੰ। ਲੈ ਬਈ, ਬਣੇ ਰਹੋ ਵੀਡੀਓ ਦੇ ਵਿੱਚ। ਇੱਥੇ ਰੋਕਦੇ ਨੀ ਆਪਾਂ ਨੂੰ, ਚਾਰਨ ਤੋਂ ਰੋਕ? ਨਾ ਨਾ ਜੀ, ਕੋਈ ਦਿੱਕਤ ਨਹੀਂ, ਕੋਈ ਦਿੱਕਤ ਨੀ ਆਉਂਦੀ, ਕੋਈ ਦਿੱਕਤ ਨੀ, ਆਪਾਂ ਨੁਕਸਾਨ ਹੀ ਨੀ ਕਰਦੇ, ਨੁਕਸਾਨ ਨੀ ਕਰਦੇ ਨਾ ਕਿਸੇ ਦਾ। ਲੈ ਬਈ, ਬਰਬਰੀ ਬੱਕਰੀ ਦਿਖਾਉਣੇ ਤੁਹਾਨੂੰ ਹੁਣ। ਇਹ ਆ ਬਾਈ ਜੀ ਬਰਬਰੀ ਬੱਕਰੀ, ਦੱਸੋ ਜੀ ਇਹਦੇ ਬਾਰੇ। ਇਹ ਕਿੰਨੇ ਦੰਦ ਹੋ ਗਈ? ਇਹ ਪੂਰੇ 8 ਦੰਦ ਹੋ ਗਈ ਬੱਕਰੀ। 8 ਦੰਦ ਬੱਕਰੀ? ਹਾਂ, ਚੌਥੇ ਸੂਏ ਆ ਇਹ। ਠੀਕ ਆ, ਠੀਕ ਆ ਜੀ। ਬੱਚੇ ਕਿੰਨੇ ਕ ਆ ਜਾਂਦੇ ਬਰਬਰੀ ਦੇ? ਇਹ ਇੱਕੋ ਹੀ ਬੱਚਾ ਦਿੰਦੀ ਹੈ? ਇੱਕ ਵਾਰ ਦਿੰਦੀ ਆ। ਆਹ ਬੱਚਾ ਵੀ ਇਹਦਾ ਹੀ ਆ ਜੀ। ਆਹ ਬੱਚਾ ਇਹ 5 ਮਹੀਨੇ 4 ਦਿਨ ਘੱਟ ਆਈ ਇਹ। ਬੀਟਲ ਤੋਂ ਕਰਾਤਾ ਸੀ ਕ੍ਰੋਸ? ਹਾਂ ਜੀ, ਬੀਟਲ ਤੋਂ ਕਰਾਤਾ ਸੀ, ਉਸੇ ਬੱਕਰੇ ਦਾ ਹੀ ਆ ਜੀ। ਉਸੇ ਬੱਕਰੇ, ਉਸੇ ਦਾ ਹੀ। ਲਓ ਬਾਈ ਜੀ, ਦੇ ਬੀਟਲ ਤੋਂ ਕ੍ਰੋਸ ਕਰਵਾਤੀ ਦੀ, ਐ ਨਾ ਕਰਿਆ ਕਰੋ ਯਾਰ, ਬਰਬਰੀ ਤੋਂ ਕਰਾਇਆ ਕਰੋ, ਠੀਕ ਹੈ ਨਾ। ਤੇ ਆਹ ਬਰਬਰੀ, ਇਹ ਜ਼ਿਆਦਾ ਛੋਟਾ ਕੱਦ ਨਹੀਂ ਹੈਗਾ? ਹਾਂ ਜੀ, ਇਹਦਾ ਜ਼ਿਆਦਾ ਛੋਟਾ ਕੱਦ ਆ, ਜ਼ਿਆਦਾ ਛੋਟਾ ਕੱਦ ਨਾ। ਹਾਂ, ਇਹ ਪਾਸਿਓ ਲੈ ਕੇ ਆਉਂਦੀ ਆ ਜੀ। ਇਹ ਕਿੰਨੇ ਦੰਦ ਹੋ ਗਈ? ਇਹ ਵੀ ਦੂਜੇ ਸੂਏ ਆ, ਇਹ ਵੀ 6 ਦੰਦ ਹੋ ਗਈ। 6 ਦੰਦ ਹੈ ਨਾ, ਦੂਜੇ ਸੂਏ ਹੈਗੇ। ਲੈ ਬਈ, ਦੇਖ ਸਕਦੇ, ਇਹ ਪੱਟ ਖੀਰੀ ਆ ਜੀ। ਖੀਰੀ? ਆਹ ਪੱਟ? ਹਾਂ ਜੀ, ਇਹ ਵੀ ਬੀਟਲ ਆ ਜੀ। ਕੰਨ ਦੇਖੋ ਬਾਈ ਜੀ, ਇਹ ਪੱਠ ਬੀਟਲਾ ਜੀ, ਥੋੜੇ ਜਿਹੇ ਸਿੰਗ ਖੜੇ ਕਰ ਗਏ। ਹਾਂ ਜੀ, ਜੇ ਲੈ 2.5 ਮਹੀਨਾ ਦੀ ਗੱਬਣ ਹੋ ਗਈ ਇਹ ਖੀਰੀ ਆ। 2.5 ਮਹੀਨਾ ਦੀ? ਹਾਂ ਜੀ, ਖੀਰੀ ਗੱਬਣ ਕਰਾਤੀ, ਖੀਰੀ ਗੱਬਣ ਕਰਾਤੀ ਹੋ ਗਈ। ਇਹ ਅਸੀਂ ਹੈ ਨਹੀਂ ਸੀ ਜੀ ਮੁੰਡੇ, ਅਸੀਂ ਮੁੰਡਾ ਇਕੱਲਾ ਹੀ ਚਾਰਦਾ ਸੀ। ਠੀਕ ਆ, ਬੱਕਰੇ ਦੀ ਝੋਲੀ ਖੁੱਲ ਗਈ। ਅੱਛਾ, ਬਸ ਇਹ ਗੱਬਣ ਹੋ ਗਈ, ਗਲਤੀ ਨਾਲ ਹੋ ਗਈ। ਗਲਤੀ ਨਾਲ ਹੋ ਗਈ ਬਾਈ, ਦੇਖ ਸਕਦੇ ਬਾਈ, ਕਹਿੰਦਾ ਗਲਤੀ ਨਾਲ ਕ੍ਰੋਸ ਹੋ ਗਈ। ਹਾਂ ਜੀ, ਚਲੋ ਆਜੋ ਅੱਗੇ ਚੱਲਦੇ ਹਾਂ ਆਪਾਂ। ਅਤੇ ਬਾਈ ਨਾਲ ਗੱਲਬਾਤ ਕਰੀ ਬਾਈ ਜੀ, ਚੰਗਾ ਲੱਗਿਆ। ਹੋਰ ਬਾਈ ਜੀ ਕੋਈ ਗੱਲਬਾਤ? ਹੋਰ ਕੋਈ ਗੱਲਬਾਤ ਨਹੀਂ ਜੀ, ਠੀਕ। ਵੇਚਦੇ ਵੂਚਦੇ ਹੈ? ਨਾ ਜੀ, ਵੇਚਦੇ। ਕਿੱਦੇ ਵੇਚਦੇ ਹੁੰਦੇ ਹੋ ਬੱਕਰੀਆਂ? ਬੱਕਰੀਆਂ ਹੀ ਆਏ ਆ ਵੀ ਜਦੋਂ ਕੋਈ ਗਰਜ ਪੈਂਦੀ ਆ। ਹਾਂਜੀ, ਠੀਕ ਆ ਜੀ, ਉਦੋਂ ਗਰਜ ਹੀ ਪੂਰੀ ਕਰਦੇ ਆ। ਠੀਕ ਆ ਜੀ, ਕੋਈ ਐਂ ਸ਼ੌਂਕ ਨਹੀਂ ਆਪਾਂ ਨੂੰ ਹੈਗਾ ਵੀ ਵੇਚਣ ਦੀ। ਠੀਕ ਆ ਜੀ, ਕਮਾਈ ਕਿੱਥੋਂ ਆਉਂਦੀ ਆ ਫਿਰ? ਕਮਾਈ ਖੇਤੀ ਕਰਦੇ ਆ, ਇਹਨਾਂ 'ਚੋਂ ਆਉਂਦੀ ਆ ਜੀ। ਅੱਛਾ ਜੀ, ਹਾਂ ਜੀ। ਇਹਨਾਂ 'ਚੋਂ ਕਿਵੇਂ ਆਉਂਦੀ ਆ? ਇਕੱਲੇ ਦੁੱਧ ਦੀ ਬਸ? ਚਲੋ ਜੀ, ਦੁੱਧ ਵੀ ਸਾਡਾ ਵਿਕਦਾ। ਅੱਛਾ, ਤੇ ਜਿਹੜਾ ਸਾਨੂੰ ਨਰਮ ਬੇਵਣਾ ਲੱਗਦਾ ਸੀ ਉਹ ਵੀ ਦੇ ਦਿੰਦੇ ਹਾਂ। ਅੱਛਾ ਅੱਛਾ, ਠੀਕ ਆ। ਬੱਚਾ ਇਹਨਾਂ ਦਾ ਛੋਟਾ। ਦੁੱਧ ਕਿੰਨਾ ਕੁ ਪਾਉਂਦੇ ਹੋ ਰੋਜ਼? ਤਕਰੀਬਨ ਦੁੱਧ ਜੀ ਸਾਡੇ ਕੋਲੋਂ ਲੈਣ ਵਾਲੇ, ਅਸੀਂ ਆ ਡੈਰੀ ਤੂੜੀ ਤੇ ਤਾਂ ਪਾਉਂਦੇ, ਡੈਰੀ ਤੇ ਨਹੀਂ ਪਾਉਂਦੇ, ਘਰਾਂ ਚੋਂ ਲੈ ਜਾਂਦੇ ਨੇ। ਕੋਈ ਕਿਲੋ ਲੈ ਜਾਂਦਾ? 400 ਰੁਪਏ ਜੀ। 400 ਰੁਪਏ ਕਿਲੋ? ਠੀਕ ਹੈ ਜੀ, 400 ਦਾ ਰੇਟ ਆ ਜੀ। ਭਾਈ ਅੱਧਾ ਕਿਲੋ ਲਵੇ ਕੋਈ, ਚਾਹੇ ਕਿਲੋ ਲਵੇ, ਤੇ ਕਿਲੋ ਲਵੇ, 100 ਦਾ ਪਾਈਆ, 100 ਦਾ ਪਾਈਆ, ਪਾਈਆ ਇੱਕ ਗਲਾਸੀ। ਠੀਕ ਹੈ ਬਾਈ ਜੀ, ਧੰਨਵਾਦ ਬਾਈ ਜੀ। ਤੋ ਬਾਈ ਜੀ, ਦੇਖ ਸਕਦੇ ਹੋ ਬਾਈ ਜੀ, ਇਹ ਆ ਜਿਹੜੀ ਵੀਰ ਨੇ, ਯਾਨੀ ਕਿ ਇੱਦਾਂ ਹੀ ਬੱਕਰੀਆਂ ਚਾਰ ਕੇ ਆਪਣਾ ਗੁਜ਼ਾਰਾ ਜਿਹੜਾ ਕਰਦੇ ਨੇ। ਕਦੇ ਨਾ ਕਦੇ ਪੱਠ ਵੇਚ ਲਈ, ਬੱਕਰਾ ਵੇਚ ਲਿਆ, ਕਦੇ ਨਾ ਕਦੇ ਦੁੱਧ ਵੇਚ ਲੈਣਾ ਬਾਈ ਜੀ। ਇੱਦਾਂ ਹੀ ਆਪਣਾ ਟਾਈਮ ਪਾਸ ਜਿਹੜਾ ਕਰਦੇ ਹੋ, ਹੈ ਨਾ ਬਾਈ ਜੀ। ਹਾਂਜੀ, ਬੱਚੇ ਆਪਣੇ? ਬੱਚੇ ਘਰੇ ਨੇ ਜੀ ਇਹਨਾਂ ਦੇ। ਠੀਕ ਹੈ, ਨਹੀਂ ਨਹੀਂ ਵੀ ਆਪਣੇ ਬੱਚੇ? ਆਪਣੇ ਜਿਹੜੇ ਬੱਚੇ ਨੇ ਜੀ। ਹਾਂਜੀ, ਬੱਚਾ ਇੱਕ ਮੁੰਡਾ ਇਕੱਲਾ ਗਾ ਜੀ ਵਿਆਹਿਆ ਹੋਇਆ। ਠੀਕ ਹੈ ਜੀ, ਤੁਹਾਨੂੰ ਪਤਾ ਹੀ ਅੱਜ ਕੱਲ੍ਹ ਉਹ ਨਹੀਂ ਕਰਦੇ ਵਾਲੇ ਕੰਮ ਵਾਲਾ, ਅੱਜ ਕੱਲ੍ਹ ਸ਼ੌਂਕੀਆ ਤੌਰ 'ਤੇ ਨੇ ਬੱਚੇ। ਠੀਕ ਹੈ, ਠੀਕ ਹੈ ਜੀ। ਊਂ ਆਥਣੇ ਸਾਂਭ ਸੰਭਾਈ ਮੇਰੇ ਨਾਲ ਕਰਾਉਂਦਾ। ਆਥਣੇ ਕਰਾਉਂਦਾ? ਆਥਣੇ ਕਰਾਉਂਦਾ, ਸਵੇਰੇ ਕਰਾਉਂਦਾ। ਠੀਕ ਹੈ, ਨਾਲ ਨਹੀਂ ਆਉਂਦੇ? ਨਾਲ ਚਾਰ ਨਹੀਂ ਆਉਂਦਾ। ਚਾਰ ਨਹੀਂ ਆਉਂਦਾ? ਹਾਂ ਜੀ, ਲੱਗ ਜੂਗਾ ਜੀ ਹੌਲੀ ਹੌਲੀ, ਲੱਗ ਜੂ ਹੌਲੀ ਹੌਲੀ। ਹਲੇ ਵਧੀਆ ਕੰਮ ਹੈਗਾ। ਹਾਂ, ਬਾਕੀ ਇਹ ਕੰਮ ਬਹੁਤ ਮਾੜਾ ਕੰਮ ਤਾਂ ਨਹੀਂ, ਜੇ ਕੋਈ ਨਵਾਂ ਬੰਦਾ ਕਰਨਾ ਚਾਹੁੰਦਾ ਹੋਵੇ। ਜੇ ਹੁਣ ਮੰਨ ਕੇ ਚੱਲੋ ਆਪਾਂ ਪ੍ਰਦੇਸ਼ਾਂ 'ਚ ਜਾਵਾਂਗੇ ਜੀ। ਹਾਂਜੀ, ਠੀਕ ਹੈ ਨਾ, ਇੱਥੋਂ ਬਾਹਰ ਬੱਚਾ ਭੇਜਾਂਗੇ। ਹਾਂਜੀ, ਸਾਰੀ ਦਿਨ ਮਨ ਧੜਕਦਾ ਹੀ ਰਹੂਗਾ। ਸਹੀ ਗੱਲ ਹੈ, ਇਹ ਆਪਣੇ ਘਰ ਦਾ ਕਿੱਤਾ ਗਾ। ਹਾਂਜੀ, ਠੀਕ ਹੈ ਜੀ, ਕਦੋਂ ਮਰਜ਼ੀ ਵਧੀਆ ਜੀ, ਜਦੋਂ ਮਰਜ਼ੀ ਇਹਨੂੰ ਆਪਾਂ ਕਰ ਸਕਦੇ ਹਾਂ। ਜੇ ਹੁਣ ਵੀ ਤੁਹਾਨੂੰ ਮੰਨ ਕੇ ਚੱਲ ਕੋਈ ਗਾਹਕ ਆਉਂਦਾ, ਆਪਾਂ ਹੁਣ 20 ਰੁਪਏ ਵੱਟ ਸਕਦੇ ਹਾਂ। ਸਹੀ ਗੱਲ ਹੈ, ਵੱਟ ਸਕਦੇ ਹਾਂ ਨਾ, ਉਹ ਆਪਣੀ ਮਰਜ਼ੀ ਆ ਵੀ ਆਪਾਂ ਵੱਟਣਿਆ ਕਿ ਨਹੀਂ ਵੱਟਣਿਆ ਨਾ। ਜੇ ਆਪਣਾ ਸਰਦਾ ਫਿਰ ਆਪਾਂ ਕਿਉਂ ਵੇਚਾਂਗੇ? ਸਹੀ ਗੱਲ ਹੈ, ਖਿਆਈ ਕੱਟੋ। ਸਹੀ ਗੱਲ ਹੈ, ਥੋੜੀ ਖਿਆਈ ਕੱਟ ਲਓ, ਕੋਈ ਗੱਲ ਨਹੀਂ। ਸਹੀ ਗੱਲ ਹੈ, ਸ਼ੌਂਕ ਦਾ ਮੁੱਲ ਤਾਂ ਫਿਰ ਤੁਹਾਨੂੰ ਪਤਾ ਖਿਆਈ ਆ ਕੇ ਹੀ ਆਉਂਦਾ। ਸਹੀ ਗੱਲ ਹੈ, ਇਹ ਤਾਂ ਗੱਲ ਹੈਗੀ ਹੈ ਜੀ।
चलो ठीक है भाई जी, धन्यवाद कर देंगे, वधिया लगे तुहाडे नाल गलबात करके। लो भाई जी आप अज गलबात की है कि दूजे पार्ट के किवें लगे भाई जी, कमेंट जरूर कर दिओ ते दब के शेयर कर दिओ ता जो इन्हां वीरां नूं भी हौसला जिहड़ा मिल सके। धन्यवाद।